ਅਸੀਂ ਅੱਜ ਖੜੇ ਆ ਲੁਧਿਆਣਾ ਦੇ ਬੁੱਢੇ ਦਰਿਆ ਤੇ। ਲੁਧਿਆਣਾ ਸ਼ਹਿਰ ਦੇ ਵਿੱਚੋਂ ਲੰਘਣ ਵਾਲਾ ਬੁੱਢਾ ਦਰਿਆ ਤਕਰੀਬਨ 14 ਕਿਲੋਮੀਟਰ ਦਾ ਏਰੀਆ ਹੈਗਾ ਜਿਹੜਾ ਕਿ ਲਗਾਤਾਰ ਜਿਹੜਾ ਕਿ ਇਹ ਸ਼ਹਿਰ ਦੇ ਵਿੱਚੋਂ ਵਿੱਚ ਲੰਘਦਾ, ਉਸ ਤੋਂ ਬਾਅਦ ਲੰਘਦਾ ਹੋਇਆ ਕਈ ਪਿੰਡਾਂ 'ਚ ਹੁੰਦਾ ਹੋਇਆ ਆ ਸਤਲੁਜ ਦਰਿਆ ਦੇ ਵਿੱਚ ਪੈਂਦਾ। ਲੇਕਿਨ ਹਾਲਤ ਨੇ ਬੁੱਢੇ ਦਰਿਆ ਦੇ ਵੱਧ ਤੋਂ ਬੱਤਰ ਨੇ, ਸ਼ਹਿਰ ਦੇ ਵਿੱਚ ਵੀ ਇਹੀ ਹਾਲਤ ਨੇ। ਜੇਕਰ ਜਿੱਥੇ ਗੱਲ ਕਰਾਂਗੇ ਅਸੀਂ ਪ੍ਰਤਾਪ ਸਿੰਘ ਵਾਲੇ ਖੜੇ ਹਾਂ, ਪ੍ਰਤਾਪ ਸਿੰਘ ਵਾਲੇ ਤੋਂ ਪਹਿਲਾਂ ਇੱਕ ਪੁਲੀ ਪੈਂਦੀ ਹੈ ਜਿੱਥੇ ਕਿ ਨਗਰ ਨਿਗਮ ਦਾ ਏਰੀਆ ਪੈਂਦਾ, ਉਸ ਤੋਂ ਬਾਅਦ ਜਿਹੜਾ ਏਰੀਆ ਪੈਂਦਾ ਹੈਗਾ ਇਹ ਪਿੰਡ ਦਾ ਏਰੀਆ ਪੈਂਦਾ ਹੈਗਾ। ਤੁਸੀਂ ਦੇਖ ਸਕਦੇ ਹੋ ਹਾਲਤ ਕਿੰਨੇ ਖਰਾਬ ਨੇ, ਖੇਤ ਬਣਿਆ ਪਿਆ ਪੂਰਾ ਬਿਲਕੁਲ ਬਲਾਕ ਹੋਇਆ ਪਿਆ, ਚੌਕ ਹੋਇਆ ਪਿਆ ਪੂਰੀ ਤਰ੍ਹਾਂ ਨਾਲ। ਸਿਰਫ ਨਗਰ ਨਿਗਮ ਵੱਲੋਂ ਉੱਥੇ ਤੱਕ ਜਿਹੜੀ ਸਫਾਈ ਕਰਕੇ ਛੱਡ ਦਿੱਤੀ ਜਾਂਦੀ ਆ, ਉਹ ਵੀ ਸਿਰਫ ਸਫਾਈ ਦੇ ਨਾਂ ਤੇ ਇੱਕ ਦਿਖਾਵਾ ਕੀਤਾ ਜਾਂਦਾ, ਉੱਥੇ ਵੀ ਹਾਲਤ ਵੱਧ ਤੋਂ ਬੱਤਰ ਨੇ। ਇੱਥੇ ਦੇ ਹਾਲਤ ਤੁਸੀਂ ਦੇਖੋਗੇ, ਜੇਕਰ ਹੁਣ ਜਿਵੇਂ ਮੌਨਸੂਨ ਆਉਣ ਵਾਲੀਆਂ ਨੇ, ਮੌਨਸੂਨ ਸ਼ੁਰੂ ਹੋ ਜਾਣੀਆਂ ਨੇ, ਲੇਕਿਨ ਬੁੱਢੇ ਦਰਿਆ ਦੀ ਸਫਾਈ ਨਹੀਂ ਹੋਈ ਹੈਗੀ। ਜਿਹੜਾ ਬੁੱਢਾ ਦਰਿਆ ਚੱਲ ਸ਼ਹਿਰ ਦੇ ਵਿੱਚ ਵੀ ਲੰਘਦਾ, ਉੱਥੇ ਵੀ ਬਸ ਹਾਲਤ ਖਰਾਬ ਨੇ। ਇੱਥੇ ਦੇਖੋ ਜਿੱਥੇ ਜੀ ਪਾਣੀ ਨਿਕਲ ਕੇ ਅੱਗੇ ਜਾਣਾ, ਉਹਦੇ ਹਾਲਤ ਬਿਲਕੁਲ ਖਰਾਬ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਸਾਡੇ ਨਾਲ ਪਿੰਡ ਦੇ ਵੀ ਲੋਕ ਖੜੇ ਨੇ, ਇੱਥੇ ਗੱਲ ਕਰਾਂਗੇ ਉਹਨਾਂ ਨਾਲ ਕਿੰਨਾ ਕੁ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ। ਇਹ ਜਿਹੜਾ ਖੇਤਾਂ ਨੂੰ ਇਹ ਪਾਣੀ ਕਈ ਵਾਰ ਜਾਂਦਾ, ਖੇਤ ਵੀ ਖਰਾਬ ਹੁੰਦੇ ਨੇ, ਗੱਲ ਕਰਾਂਗੇ ਅਸੀਂ ਇੱਥੇ ਲੋਕ ਕੀ ਕਹਿਣਾ ਚਾਹੁੰਦੇ ਜੀ, ਕਿੰਨੀ ਕੁ ਦਿੱਕਤ ਦਾ ਸਾਹਮਣਾ ਕਰਨਾ? ਇਹ ਬਹੁਤ ਦਿੱਕਤ ਆ ਜੀ, ਇੱਥੇ ਜਦ ਵੀ ਭਰਦਾ ਇਹ ਬਾਰਿਸ਼ ਆਉਣ ਵਾਲੀਆਂ ਸਾਰੇ ਫਸਲ ਸਾਰੀ ਮਰ ਜਾਂਦੀ ਹੈ, ਬੰਨ ਟੁੱਟ ਜਾਂਦਾ ਜੀ। ਇੱਥੇ ਕੋਈ ਦੇਖਦੇ ਨੇ, ਤੁਹਾਡੇ ਸਾਹਮਣੇ ਦੇਖੋ ਹਾਲਤ ਕੀ ਬਣੀ ਪਈ ਦੀ, ਇਹ ਤਾਂ ਬਹੁਤ ਪਰੇਸ਼ਾਨੀ, ਪਾਣੀ ਦੇ ਘਰਾਂ ਜਾ ਵੜਦਾ ਪਾਣੀ ਜੀ ਲੋਕਾਂ ਦੇ, ਤੇ ਬੁਰਾ ਹਾਲ ਹੋ ਜਾਂਦਾ ਬਹੁਤ। ਤੇ ਕਿੰਨਾ ਕੀ ਖੇਤ ਬਣਿਆ ਪਿਆ ਬਿਲਕੁਲ, ਇਹ ਤਾਂ ਖੇਤ ਬਣਿਆ ਦੇਖੋ ਜੀ, ਹਰਾ ਹੋਇਆ ਪਿਆ ਜੀ। ਇਹ ਕੀ ਕਿਉਂ ਨਹੀਂ ਕੱਢਦੇ ਪਿਆ, ਕਾਰਵਾਈ ਕਿਉਂ ਨਹੀਂ ਪਿੱਛੇ ਤੱਕ ਸਾਫ ਹੁੰਦਾ, ਇੱਥੇ ਕਿਉਂ ਨਹੀਂ ਕਈ ਵਾਰ ਕਰਦੇ? ਇੱਥੇ ਤਾਂ ਕੋਈ ਆਉਂਦਾ ਦੇਖਦਾ ਨਹੀਂ ਜੀ ਆ ਕੇ, ਇੱਥੇ ਕਈ ਵਾਰ ਪ੍ਰਦਾਸ਼ ਨੂੰ ਕਿਹਾ ਕੋਈ ਸੁਣਦਾ ਨਹੀਂ ਆ ਕੇ, ਇੱਥੇ ਨਾ ਕੇ ਦੇਖਿਆ ਕਿ ਨਾ ਤੱਕ। ਕੀ ਕਹਿਣਾ ਚਾਹੁੰਦੇ ਜੀ, ਕੀ ਸੀਗਾ, ਕਿਉਂ ਇੱਥੇ ਇੰਨੀ ਹਾਲਤ ਖਰਾਬ? ਮੈਂ ਰਾਣਾ ਸਾਹਿਬ ਨੂੰ ਕਿਹਾ, ਜੇਈ ਨੂੰ ਮਸ਼ੀਨ ਚਲਾਉਂਦਾ, ਜੇਸੀਬੀ ਹੁੰਦੀ, ਉਹਨੂੰ ਮੈਂ ਕਿਹਾ ਵੀ ਤੁਸੀਂ ਇੱਥੋਂ ਤਾਂ ਪੁਲੀ ਸਾਫ਼ ਕਰੀ ਜਾਂਦੇ ਹੋ, ਤੇ ਜਾਂ ਜਿਹੜੀ ਸਾਡੀ ਪੁਲੀ ਇਹਨੂੰ ਕਿਚੋਂ ਨਗਰਾਲੀ ਪਿੰਡ ਪ੍ਰਤਾਪ ਸਿੰਘ ਵਾਲੇ ਦੀ, ਉੱਥੇ ਜਾ ਕੇ ਇਹ ਚੌਕ ਹੋਈ ਜਾਂਦਾ। ਤੇ ਉਹ ਮੈਨੂੰ ਕਹਿੰਦਾ ਵੀ ਅੱਗੇ ਸਾਨੂੰ ਜਿੱਥੋਂ ਮਗਰੋਂ ਦਬਾਅ ਹੈ, ਸਾਡਾ ਉਹ ਜਈ ਸਾਹਿਬ ਹੈ ਖੜਾ, ਉਹਨਾਂ ਗੱਲ ਕਰੋ। ਜਦੋਂ ਮੈਂ ਜਈ ਸਾਹਿਬ ਨਾਲ ਗੱਲ ਕੀਤੀ, ਮੈਂ ਕਿਹਾ ਜੀ ਤੁਸੀਂ ਇੱਥੋਂ ਕੱਢੀ ਜਾਂਦੇ ਹੋ, ਤੇ ਗਾਂ ਆਪਣੇ ਇਹਨੂੰ ਕਿਚੋਂ ਨਗਰਾਲੀ ਪੁਲੀ ਤੇ ਚੌਕ ਹੋਈ ਜਾਂਦਾ। ਉਹ ਚੁੱਪ ਕਰ ਗਿਆ। ਮੈਂ ਉਹਨੂੰ ਕਿਹਾ ਵੀ ਅਸੀਂ ਅਖਬਾਰ ਤੇ ਨਾ ਖਬਰ ਲਵਾਉਣੀ ਤੁਹਾਡੀ, ਲਵਾ ਲੱਗੇ ਹਾਂ। ਉਹ ਮੈਨੂੰ ਕਹਿੰਦਾ ਦਵਾ ਦਿਓ, ਕਰ ਵੀ ਜੇ ਦਵਾਓਗੇ ਤਾਂ ਤੁਹਾਡਾ ਵੀ ਉੱਧਰ ਅਸੀਂ ਤੁਹਾਨੂੰ ਦਵਾਊਗਾ, ਹਿਸਾਬ ਕਰ ਦਾਂਗੇ। ਸਾਨੂੰ ਜਿਹੜੀ ਰਹਿਤ ਹੈ ਅਜੇ ਤੱਕ, ਉਹ ਸਾਨੂੰ ਇਹ ਵੀ ਜਿਹੜੀ ਕਾਰ ਪਿਛੇ ਦੀ ਹੱਦ ਹੈ ਉਹ ਕੱਢਣੀ ਹੈ, ਕਿ ਤੁਹਾਡੀ ਅੱਗੇ ਸਾਨੂੰ ਕੋਈ ਨਹੀਂ, ਅੱਗੇ ਤੁਹਾਡਾ ਦੂਜੇ ਹੁਣ ਪਾਣੀ ਇੱਥੋਂ ਨਹੀਂ ਨਿਕਲੂਗਾ, ਫਿਰ ਅੱਗੇ ਕਿਵੇਂ ਜਾਊਗਾ? ਅੱਗੇ ਕਾਰਪੋਰੇਸ਼ਨ ਪਹਿਲੀ ਵਾਰੀ ਵੀ ਸਾਡੇ ਪੱਠੇ ਮਰ ਗਏ ਸਾਰੇ, ਨਾ ਤਾਂ ਕੋਈ ਸਾਫ਼ ਕਰਦਾ ਨਾ ਵਾਸਤਾ। ਪਹਿਲੀ ਵਾਰੀ ਸਾਨੂੰ ਬਹੁਤ ਪਰੇਸ਼ਾਨੀ ਹੋਈ, ਸਾਡੇ ਸਾਰੇ ਪੱਠੇ ਮਰ ਗਏ। ਇਸ ਕਰਕੇ ਅਸੀਂ ਤੁਹਾਨੂੰ ਪਹਿਲਾਂ ਹੀ ਕਹਿ ਰਹੇ ਹਾਂ, ਮੀਡੀਆ ਨੂੰ ਵੀ ਬੁਲਾ ਕੇ ਕਹਿ ਰਹੇ ਹਾਂ ਵੀ ਆ ਕੇ ਸਾਡਾ ਸਾਫ਼ ਕੀਤਾ ਜਾਵੇ, ਇਹਨਾਂ ਨੂੰ ਮਾੜਾ ਮੋਟਾ ਜਿਹੜਾ ਕੋਈ ਅੰਨੇ ਹੋਇਆ ਪਿਆ ਉਹਨੂੰ ਬਾਂਡਾ ਪ੍ਰੋਫੈਸਰ ਨੂੰ ਪਤਾ ਲੱਗ ਜਾਊਗਾ ਵੀ ਹਾਂ ਵੀ ਇਹ ਹੈਗਾ ਵੀ ਵੇਖੋ। ਬਿਲਕੁਲ, ਤੁਸੀਂ ਦੇਖਿਆ ਜਿਹੜੇ ਹਾਲਤ ਵੱਧ ਤੋਂ ਬੱਤਰ ਨੇ, ਜਿਹੜੇ ਖਰਾਬ। ਕੀ ਕਹਿਣਾ ਚਾਹੁੰਦੇ ਜੀ ਤੁਸੀਂ, ਬਿਲਕੁਲ ਦੇ ਦਿਓ ਕੀ ਹਾਲਤ ਬਣੇ ਹੋਏ, ਤੁਸੀਂ ਦੇਖਦੇ ਪਏ ਹੋ ਕੀ? ਬਿਲਕੁਲ, ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਹੋਰ ਵੀ ਇੱਥੇ ਜਿਹੜੇ ਪਿੰਡ ਦੇ ਲੋਕ ਖੜੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਜਿਹੜੇ ਹਾਲਤ ਕਿੰਨੇ ਖਰਾਬ ਨੇ। ਦੇਖੋ ਜੀ, ਇਹ ਬਹੁਤ ਬੇਇਨਸਾਫੀ ਹੈ ਜੀ, ਬੇਹੱਦ ਬੇਇਨਸਾਫੀ ਆ, ਨਾਲਾ ਕੋਈ ਸਾਫ਼ ਨਹੀਂ ਕਰਾ ਰਿਹਾ। ਕਾਰ ਪੀਸ਼ਨ ਵਾਲੇ ਕੂੜਾ ਗਾਹਾਂ ਰੋੜ ਦਿੰਦੇ, ਅਗਲੀ ਪੁਲੀ ਬਿਲਕੁਲ ਚੌਕ ਹੋਈ ਪਈ ਹੈ ਜੀ, ਨਾ ਕਰਦਾ, ਅੱਧਾ ਕਿਲੋਮੀਟਰ ਦੇ ਉੱਤੇ ਪੁਲੀ ਚੌਕ ਆ ਜੀ, ਨਾਲ ਸਾਡੇ ਖੇਤ ਆ। ਬਰਸਾਤ ਆਉਂਦੇ ਸਾਰ ਹੀ ਅਸੀਂ ਇਸ ਡਰ ਦੇ ਮਾਰੇ ਝੋਨਾ ਨਹੀਂ ਲਾਉਂਦੇ ਜੀ, ਹੁਣ ਵੀ ਤੁਸੀਂ ਦੇਖ ਲਓ ਅਸੀਂ ਪੱਠੇ ਬੀਜੇ ਹੋਏ ਆ ਜੀ, ਠੀਕ ਹੈ ਜੀ। ਥੋੜ੍ਹੀ ਜਿਹੀ ਬਰਸਾਤ ਪੈ ਗਈ, ਸਾਰਾ ਪਾਣੀ ਸਾਡੇ ਖੇਤਾਂ 'ਚ, ਸਾਡੇ 50 ਏਕੜ ਦੇ ਨੇੜੇ ਖੇਤ ਆ ਜਿਹੜੇ ਖਰਾਬ ਹੋ ਜਾਂਦੇ ਜੀ ਪਾਣੀ ਨਾਲ। ਜਿੰਨਾ ਕੂੜਾ ਵਾ ਸਾਰਾ ਖੇਤਾਂ 'ਚ ਚੱਲ ਜਾਂਦਾ ਜੀ, ਸ਼ਹਿਰ ਦਾ ਜਿੰਨਾ ਵੀ ਕੂੜਾ ਵਾ। ਅਸੀਂ ਬਹੁਤ ਪਰੇਸ਼ਾਨ ਹਾਂ ਜੀ, ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜਲਦ ਤੋਂ ਜਲਦ ਇਹਨੂੰ ਸਾਫ਼ ਕੀਤਾ ਜਾਵੇ, ਅਤੇ ਜੋ ਕਿ ਸਾਨੂੰ ਥੋੜ੍ਹੀ ਰਾਹਤ ਮਿਲ ਸਕੇ ਜੀ ਇਸ ਪਾਣੀ ਤੋਂ, ਨਹੀਂ ਤਾਂ ਥੋੜ੍ਹੇ ਦਿਨਾਂ ਨੂੰ ਬਰਸਾਤ ਆਊਗੀ ਅਤੇ ਸਭ ਇਲਾਕਾ ਤਬਾਹ ਹੋ ਜਾਊਗਾ ਜੀ ਇਹ। ਪਹਿਲਾਂ ਜਦੋਂ ਬਰਸਾਤ ਜ਼ਿਆਦਾ ਹੋਈ ਜੀ ਕਿੰਨਾ ਕੁ ਨੁਕਸਾਨ ਹੋਇਆ? ਪਿਛਲੀ ਵਾਰੀ ਘੱਟੋ ਘੱਟ ਵੀ 50 ਏਕੜ ਦੇ ਨੇੜੇ ਪੱਠੇ ਖਰਾਬ ਹੋਏ ਆ ਜੀ, ਇਸ ਡਰ ਤੋਂ ਮਾਰੇ ਅਸੀਂ ਝੋਨਾ ਨਹੀਂ ਲਾਉਂਦੇ ਕਿ ਝੋਨੇ ਦੀ ਲਵਾਈ ਜ਼ਿਆਦਾ ਆ, ਅਤੇ ਇਸ ਕਰਕੇ ਹਾਲਤ ਕੀ ਬਣੇ ਹੋਏ ਨੇ ਆਹ ਦੇਖ ਲਓ ਜੀ ਤੁਹਾਡੇ ਸਾਹਮਣੇ ਆ, ਠੀਕ ਹੈ ਜੀ। ਇਹਦਾ ਮਰਨ ਜਿਉਣ ਦਾ ਇੱਕ ਹੱਲ ਹੋਇਆ ਪਿਆ ਜੀ, ਇੱਕ ਕਰੋਨਾ ਵਰਗੀ ਬਿਮਾਰੀ, ਭਿਆਨਕ ਬਿਮਾਰੀ ਨਾਲ ਸਾਡੇ ਘਰ ਹੈਗੇ ਆ ਜੀ, ਬਹੁਤ ਮੰਦੇ ਹਾਲ ਆ ਜੀ ਇਹਦੇ, ਕੋਈ ਸੁਣਵਾਈ ਨਹੀਂ ਜੀ ਇੱਥੇ, ਕੋਈ ਕੁਛ ਨਹੀਂ ਜੀ। ਬਿਲਕੁਲ, ਜਿਹੜਾ ਇੱਥੇ ਹੈਗਾ ਲੋਕ ਕਾਫੀ ਪਰੇਸ਼ਾਨ ਨੇ, ਇਹ ਕੀ ਕਹਿਣਾ ਚਾਹੁੰਦੇ? ਮੈਂ ਇਹ ਕਹਿਣਾ ਚਾਹੁੰਦਾ ਵੀ ਜਿਸ ਤਰ੍ਹਾਂ ਜਿਹਦਾ ਵੀ ਕੰਮ ਹੈ, ਚਾਹੇ ਨਗਰ ਨਿਗਮ ਦਾ ਚਾਹੇ ਸਰਪੰਚ ਦੇ ਏਰੀਏ ਦੇ ਵਿੱਚ ਆਉਂਦਾ ਵਾ, ਤੁਸੀਂ ਦੇਖ ਰਹੇ ਹੋ ਕਿ ਮਤਲਬ ਜਿਸ ਤਰ੍ਹਾਂ ਹੁਣ ਇਹ ਗਾਰ ਉੱਪਰ ਜਮ੍ਹਾਂ ਹੋਈ ਹੋਈ ਹੈ, ਇਹ ਆਉਣਗੇ ਇੱਥੋਂ ਕੱਢ ਕੇ, ਆਹ ਦੇਖੋ ਕੈਮਰੇ ਦੇ ਨਾਲ ਆ ਦਿਖਾਓ, ਇੱਥੋਂ ਕੱਢ ਕੇ ਕੰਢੇ ਦੇ ਉੱਪਰ ਰੱਖ ਜਾਣਗੇ, ਮਤਲਬ ਪ੍ਰੋਪਰ ਇਹਦਾ ਡਿਸਪੋਜ਼ਲ ਨਹੀਂ ਹੈ, ਪ੍ਰੋਪਰ ਡਿਸਪੋਜ਼ਲ ਹੋਣਾ ਚਾਹੀਦਾ ਕਿ ਮਸ਼ੀਨਾਂ ਲਾ ਕੇ, ਹਾਂ ਕੋਈ ਜਿਹੜੇ ਉਹ ਟਿੱਪਰ ਲਗਾ ਕੇ ਇਹਨੂੰ ਪ੍ਰੋਪਰ ਜਗ੍ਹਾ 'ਤੇ ਇਹਨੂੰ ਡਿਸਪੋਜ਼ ਆਫ ਕੀਤਾ ਜਾਵੇ, ਤਾਂ ਜੋ ਆਹ ਦੇਖੋ ਤੁਸੀਂ ਇੱਥੇ ਇਹ ਜਗ੍ਹਾ ਬਿਲਕੁਲ ਪਲੇਨ ਸੀਗੀ।
तकरीबन 650 करोड़ ऐलाना गया से बुढ़े नाल की सफाई वास्ते। बुढ़े नाल की सफाई हल तक की होनी सी, हालत बद तो बदतर बनते जा रहे हैं। अज भी असं प्रताप सिंह वाला दे विच खड़े हाँ, तुम तस्वीर थोड़ा फिर एक बार दिखाने की कोशिश करते हैं। जिहड़ियां तस्वीर ने किसी खेत दीआं तस्वीर नहीं हैगीआं, ये बुढ़े नाला जिहड़ा बुढ़ा नाला शहर के विच ही लंघदा उस नाले दीआं तस्वीर ने, जिहड़ा खेत बनिया होया इस टाइम बिल्कुल खेत बन चुके हैं। जेकर गल करते हैं शहर के विच नाले की सफाई भी हुंदी है, जिहड़ा पानी अगे जाना हैगा अगे किस तरह लंघूगा, जेकर इसे तरह नाल उत्थे गार गंदगी पई होगी तां पानी अगे नहीं लंघ सकदा, अगे पानी नहीं लंघूगा तां सारा पानी उत्थे ही जिहड़ा ब्लॉक हो जाऊगा, तो जिहड़े बन ने टुटणगे शहर के पानी बढ़ूगा, जिस नाल काफ़ी ज़्यादा नुकसान जिहड़ा हो सकता। जिस तरह नाल जिहड़ियां मौनसूना जिहड़ी आ चुकी आ, बरसातां जदों शुरू होणियां ने काफ़ी मुश्किल का सामना करना पै सकता लोगों, जिते वड्डे वड्डे दावे किए जा रहे हैं, पर तुसीं देख सकते हो हालत बद तो बदतर ने। सो असीं एक बार फिर तो दसना चाहुंदे हां जिहड़े जिहड़ा बुढ़ा दरिया आ जिहड़ा हैगा इह हुण गंदा नाला बन के रह गया हैगा, सिर्फ जे इत्थे किते सफाई होई भी है किते सालां वधी उह भी साइड ते इह जिहड़ा कूड़ा करकट कढ के रख दित्ता जांदा, उसनूं किते डिस्पोज ऑफ नहीं किया जांदा, जिस करके हालत खराब ने। सो इत्थे दे लोग ने जिहड़े यही मांग करते हैं कोई जेकर नगर निगम वालों सफाई की जाती है तो इतने का भी कोई हल किया जाए, जो इतना नाला चौक होंगे जिस करके लोग परेशान ने, आले दुआले रहने वाले खेत ने जोड़े कई एकड़ दे विच खेत नाल लगते हैं, पानी गंदा जाण करके खेत खराब हो जाते हैं। जेकर गल करिए पट्ठे लगे हुए ने वो खराब हो जाते, पिछली बार जो बरसात आई सी उस टाइम कई एकड़ जो पट्ठे लगे हुए थे खराब हो गए थे, हुण जिहड़े किसान ने इत्थे झोना नहीं लाते पट्ठे लाते हैं तो जो जिस तरह थोड़ी जी बरसात होनी है तो उस नाले काफ़ी बड़ा नुकसान हो सकता। सो जिहड़े ये लोग ने अपील करते हैं सरकार तो जे शह लुधियाणा शहर च नहीं आता है ये एरिया तो चाहे किसी पिंड च भी आता किसी भी दी हद च आता पर इहदी सफाई जरूर कराई जाए तो जो आले आले दुआले रहने वाले लोगों को कुछ राहत मिले। जिहड़े हालत ने फिर एक बार तो दिखाने तुसीं देख सकते हो किन्ना कूड़ा किन्ना करकट हैगा, उत्तों जिहड़ी भयानक महामारी करोना चल रही है उत्तों इत्थे गंदगी, इत्थे रहने वाले लोगों के हालत काफ़ी खस्ता ने। सो सरकार नूं साडी भी अपील आ, चाहे संबंधित महकमे नूं अपील आ भी यदा कोई हल करन तां जो पानी का फ्लो भी लगातार बनिया रहे ते जिहड़ी गंदगी आ इत्थों गंदगी भी हट सके ते लोगों नूं कुछ राहत मिल सके। तस्वीरां तुसीं देख रहे हो लुधियाणा के बुढ़े दरिया दीआं प्रताप सिंह वाला तो, लुधियाणा तो कैमरा परसन प्रकाश जस्सा दे नाल तरसेम पार तो। असीं अज खड़े हाँ लुधियाणा